ਆਈਆਰਸੀਸੀ ਵੱਲੋਂ ਬਹੁਤ ਇੰਪੋਰਟੈਂਟ ਅਪਡੇਟ ਜਿਹੜੀ ਇਸ ਹਫ਼ਤੇ ਰਿਲੀਜ਼ ਹੋਈ ਆ ਉਹ ਹੋਈ ਆ ਕਿ ਟੋਟਲ ਨੰਬਰ ਆਫ ਫਾਈਲਸ ਹੁਣ ਕਿੰਨੀਆਂ ਲੱਗਣਗੀਆਂ। ਪਹਿਲਾਂ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਸੀ ਕਿ ਸਟੂਡੈਂਟ ਵੀਜ਼ਾ ਦੇ ਉੱਪਰ ਟੋਟਲ ਫਾਈਲਾਂ ਕਿੰਨੀਆਂ ਲੈਣੀਆਂ ਨੇ ਆਈਆਰਸੀਸੀ ਨੇ ਜਿਹੜੀਆਂ ਪ੍ਰੋਸੈਸ ਕਰਨੀਆਂ ਨੇ। ਹੁਣ ਜਿਹੜੀ ਅਪਡੇਟ ਆਈ ਹੈ ਚ ਮਿਨਿਸਟਰੀਅਲ ਇੰਸਟਰਕਸ਼ਨ ਜਿਹੜੀਆਂ ਇਸ਼ੂ ਹੋਈਆਂ ਨੇ 22 ਜਨਵਰੀ ਨੂੰ ਇਹ ਲੈਟਰ ਸਾਈਨ ਹੋਇਆ ਵਾ ਕਿ ਟੋਟਲ ਨੰਬਰ ਆਫ ਫਾਈਲ ਜਿਹੜੀਆਂ ਅਸੀਂ ਲੈਣੀਆਂ ਨੇ ਉਹ ਵੀ ਲਿਮਿਟ ਕਰਤੀਆਂ। ਟੋਟਲ 6,06,250 ਮੀਨਸ 6,06,000 ਦੇ ਕਰੀਬ ਟੋਟਲ ਸਟੱਡੀ ਪਰਮਿਟ ਦੀਆਂ ਫਾਈਲਾਂ, ਸਟੱਡੀ ਵੀਜ਼ਾ ਦੀਆਂ ਫਾਈਲਾਂ ਹਰ ਸਾਲ 1 ਸਾਲ ਲਈ ਪ੍ਰੋਸੈਸ ਹੋਣਗੀਆਂ। ਕੈਪਿੰਗ ਕਿੰਨੀ ਕੀਤੀ ਹੈ? 3,60,000 ਮੀਨਸ 6,06,000 ਚੋਂ 3,60,000 ਮੈਕਸੀਮਮ ਉਹ 3,64,000 ਦੇ ਕਰੀਬ ਨੇ ਜਿਹੜੇ ਵੀਜ਼ਾ ਇਸ਼ੂ ਹੋਣਗੇ। ਪਰ ਜਿਹੜੇ ਫਾਈਲਾਂ ਨੇ 6,06,250 ਤੋਂ ਵੱਧ ਫਾਈਲਾਂ 1 ਸਾਲ 'ਚ ਨਹੀਂ ਲੈਣੀਆਂ। ਜਿਹੜੀ ਉਸ ਤੋਂ ਬਾਅਦ ਫਾਈਲਾਂ ਆਉਣਗੀਆਂ ਉਹਨਾਂ ਕੋਲ ਇਮੀਗ੍ਰੇਸ਼ਨ ਕੈਨੇਡਾ ਕੋਲ, ਉਹ ਫਾਈਲਾਂ ਦੀ ਫੀਸ ਵਾਪਸ ਕਰ ਦਿੱਤੀ ਜਾਊਗੀ ਔਰ ਉਹ ਫਾਈਲ ਵੀ ਵਿਦਡਰਾਅ ਕਰਕੇ ਵਾਪਸ ਕਰ ਦਿੱਤੀ ਜਾਊਗੀ। ਸੋ ਇਹ ਇੱਕ ਨਵੀਂ ਅਪਡੇਟ ਹੈਗੀ ਆ। ਇਹਦੇ ਵਿੱਚ ਜਿਹੜੇ ਸਕੂਲਿੰਗ ਵੀਜ਼ਾ ਵਾਲੇ ਐਪਲੀਕੈਂਟਸ ਨੇ ਉਹ ਵੀ ਨੇ, ਜਿਹੜੇ UG ਲੈਵਲ ਅਤੇ ਅੰਡਰ ਗ੍ਰੈਜੂਏਟ ਲੈਵਲ 'ਤੇ ਇਸਕੋ ਸਟੂਡੈਂਟਸ ਆਉਂਦੇ ਨੇ ਉਹ ਵੀ ਨੇ, ਜਿਹਨਾਂ ਨੂੰ ਕੈਪਿੰਗ ਲੱਗੀ ਆ, ਡਿਪਲੋਮਾ ਵਾਲੇ ਸਟੂਡੈਂਟਸ ਵੀ ਨੇ, ਮਾਸਟਰ ਲੈਵਲ ਦੀ ਸਟੱਡੀ ਕਰਨ ਜਿਹੜੇ ਸਟੂਡੈਂਟਸ ਆਉਣਗੇ ਉਹ ਵੀ ਨੇ। ਮੀਨਸ ਸਾਰੇ ਸਟੂਡੈਂਟ ਸਟੱਡੀ ਪਰਮਿਟ 'ਤੇ ਜਿਹੜੇ ਅਪਲਾਈ ਕਰਨਗੇ ਪੂਰੀ ਦੁਨੀਆ 'ਚੋਂ 6,06,250 ਐਪਲੀਕੇਸ਼ਨਾਂ ਹੀ IRCC ਨੇ ਹਰ ਸਾਲ ਲੈਣੀਆਂ ਨੇ। ਪਹਿਲਾਂ ਇਹ ਨਹੀਂ ਕਿ ਜਿੰਨੇ ਮਰਜ਼ੀ ਲੋਕ ਅਪਲਾਈ ਕਰਨ, ਹੁਣ ਇੱਥੇ ਸਟੂਡੈਂਟਸ ਨੂੰ ਖਾਸ ਖਿਆਲ ਰੱਖਣਾ ਪਊਗਾ ਕਿ ਕਿੰਨਾ ਕੁਇਕਲੀ ਉਹ ਅਪਲਾਈ ਕਰਦੇ ਨੇ ਆਪਣੀ ਫਾਈਲ ਲਈ, ਆਪਣੀ ਐਪਲੀਕੇਸ਼ਨ ਲਈ, ਕਿਉਂਕਿ ਇਹ ਵੀ ਇੱਕ ਕੈਪਿੰਗ ਹੋ ਗਈ ਇੱਕ ਤਰ੍ਹਾਂ ਦੀ ਕਿ ਟੋਟਲ ਨੰਬਰ ਆਫ ਫਾਈਲ ਜਿਹੜੀਆਂ ਨੇ ਉਹ ਕਿੰਨੀਆਂ ਲੱਗਣਗੀਆਂ। ਮੇਰਾ ਨਾਮ ਪ੍ਰਿਥੀਪਾਲ ਸਿੰਘ ਹੈ, ਮੈਂ ਲਾਇਸੈਂਸ ਰੈਗੂਲੇਟਰ ਟ੍ਰੇਡਿੰਗ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਰੈਗੂਲਰਲੀ ਸਾਡੀਆਂ ਬਹੁਤ ਸਾਰੀਆਂ ਵੀਡੀਓ ਤੁਸੀਂ ਇਸੇ ਪਲੇਟਫਾਰਮ 'ਤੇ ਦੇਖਦੇ ਰਹਿੰਦੇ ਹੋ। ਇੱਕ ਮੇਰੀ ਛੋਟੀ ਜਿਹੀ ਗੁਜ਼ਾਰਿਸ਼, ਅਗਰ ਸਾਡਾ ਤੁਸੀਂ YouTube ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰੋ। ਅਸੀਂ ਰੈਗੂਲਰਲੀ ਇੱਦਾਂ ਦੀ ਅਪਡੇਟ ਟਾਈਮ ਟੂ ਟਾਈਮ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ।